ਹਾਂਜੀ ਦੋਸਤੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਮੋਹਨਪੁਰਾ, ਤਹਿਸੀਲ ਜ਼ਿਲ੍ਹਾ ਦੋਸਤੋ ਸ਼੍ਰੀ ਤਰਨ ਤਾਰਨ ਸਾਹਿਬ। ਬ੍ਰਹਮਪੁਰਾ ਪਿੰਡ ਬਿਲਕੁਲ ਲਾਗੇ ਆ, ਵੜਿੰਗ ਪਿੰਡ ਇੱਕ ਪਾਸੇ ਦੋਸਤੋ ਆ ਜਾਂਦੇ ਆ, ਸੁਹਾਵਾ ਪਿੰਡ ਥੋੜ੍ਹੀ ਦੂਰੀ 'ਤੇ ਆ, ਅਤੇ ਸਰਿਆਲੀ ਕਲਾਂ ਜਿਹੜੀ ਆ ਦੋਸਤੋ ਬਿਲਕੁਲ ਥੋੜ੍ਹੀ ਦੂਰੀ 'ਤੇ ਹੈਗਾ। ਖਾਸ ਵਿਜ਼ਿਟ ਤੁਸੀਂ ਆ ਪਿੰਡ ਮੋਹਨਪੁਰੇ ਕਰਨੀ ਆ ਦੋਸਤੋ। ਇਸ ਘਰੋਂ ਆਪਾਂ ਪਹਿਲਾਂ ਵੀ ਕਾਫੀ ਵੀਡੀਓ ਅਪਲੋਡ ਕੀਤੀਆਂ ਨੇ, ਸੋ ਵੀਰ ਜੱਜ ਦੇ ਕੋਲ ਆਏ ਹਾਂ ਦੋਸਤੋ। ਪਸ਼ੂ ਵਪਾਰ ਦਾ ਕੰਮ ਆ, ਬੇਸ਼ੱਕ ਨਾਗ ਜਿਹੜੇ ਆ ਦੋਸਤੋ ਦੋ ਹੋਣ, ਤਿੰਨ ਹੋਣ, ਇੱਕ ਹੋਣ, ਇੱਕ ਹੋਵੇ, ਨਾਗ ਜਿਹੜੇ ਦੋਸਤੋ ਬਾਹਲੀ ਗਿਣਤੀ ਵਿੱਚ ਨਹੀਂ ਹੁੰਦੇ। ਵਪਾਰ ਦਾ ਕੰਮ ਆ, ਦੋ ਨਾਗ ਹੋਣ, ਤਿੰਨ ਨਾਗ ਹੋਣ, ਜ਼ਰੂਰ ਬਿਲਕੁਲ ਇਸ ਘਰੇ ਹੁੰਦੇ ਆ, ਠੀਕ ਆ ਜੀ। ਸੋ ਬਾਕੀ ਸਮੇਂ ਸਮੇਂ ਨਾਲ ਤੁਸੀਂ ਸੰਪਰਕ ਬਣਾ ਕੇ ਆਪਣਾ ਰੱਖ ਸਕਦੇ ਜੀ। ਬਾਕੀ ਨੰਬਰ ਬਿਲਕੁਲ ਲਗਾਤਾਰ ਸਕਰੀਨ ਦੇ ਉੱਤੇ ਚੱਲਦੇ ਕਰ ਦਿਆਂਗੇ, ਨੰਬਰਾਂ 'ਤੇ ਤੁਸੀਂ ਕਾਲ ਕਰ ਸਕਦੇ ਹੋ। ਇੱਕ ਦੋਸਤੋ ਅੱਜ ਮੱਝ ਤੁਹਾਨੂੰ ਦਿਖਾਉਣੀ ਆ, ਠੀਕ ਆ ਜੀ। ਝੋਟੀ ਕੋਈ ਵੀਰ ਮੰਨ ਸਕਦਾ, ਨੀਲੀ ਰਾਵੀ ਦੇ ਵਿੱਚ ਝੋਟੀ ਆ, ਬਿਲਕੁਲ ਸਟੇਟ ਪਟਾ ਗੱਭਣ ਆ। ਪੂਰਾ ਵੇਰਵਾ ਆਪਾਂ ਵੀਰ ਜੱਜ ਦੇ ਨਾਲ ਜਿਹੜੀ ਗੱਲਬਾਤ ਕਰਕੇ ਉਹਨਾਂ ਤੋਂ ਪੂਰਾ ਵੇਰਵਾ ਲੈ ਲਾਂਗੇ। ਸੋ ਬਾਕੀ ਵੀਡੀਓ ਦੇ ਨਾਲ ਐਂਡ ਤੱਕ ਜ਼ਰੂਰ ਬਣੇ ਰਹੋ, ਤਾਂ ਜੋ ਦੋਸਤੋ ਪੂਰੀ ਇਨਫੋਰਮੇਸ਼ਨ ਆ ਤੁਹਾਨੂੰ ਸਮਝ ਵਿੱਚ ਆ ਸਕੇ। ਅੱਜ ਦੋਸਤੋ 11 ਨਵੰਬਰ ਨੂੰ ਇਹ ਆਪਾਂ ਕਵਰੇਜ ਕਰਦੇ ਹਾਂ। ਟਾਈਮ ਕੋਈ ਮੋਰਨਿੰਗ ਦੇ 11:30 ਦਾ ਹੈਗਾ, ਠੀਕ ਆ ਜੀ। ਸੋ ਵੀ ਅੱਜ ਨਾਗ ਜਿਹੜਾ ਆਪਾਂ ਇੱਕ ਹੀ ਤੁਹਾਨੂੰ ਦਿਖਾਉਣਾ, ਨੀਲੀ ਰਾਵੀ ਦੀ ਜਿਹੜੀ ਆ ਦੋਸਤੋ ਮੱਝ ਆ, ਠੀਕ ਆ। ਅਤੇ ਗੱਭਣਾ ਬਾਕੀ ਦਿਨ ਪੁੱਛ ਲੈਂਦੇ ਹਾਂ ਕਿੰਨੇ ਕੁ ਦਿਨ ਹਜੇ ਲੈਂਦੀ ਹੈ ਸੂਣ ਦੇ ਵਿੱਚ, ਰੇਟ ਭਾਅ ਪੜਤਾ ਬਿਲਕੁਲ ਆਪਾਂ ਇਸ ਵੀਡੀਓ ਦੇ ਵਿੱਚ ਕਰ ਲਾਂਗੇ। ਸੋ ਜਿਸ ਵੀਰ ਨੂੰ ਇਹ ਮੱਝ ਪਸੰਦ ਆਊਗੀ ਦੋਸਤੋ, ਆਪਦੀ ਤਿਪ ਕੇ ਤਸੱਲੀ ਕਰ ਲਿਓ, ਠੀਕ ਆ, ਕਿਉਂਕਿ ਗੱਭਣ ਆ, ਤਿਪ ਕੇ ਤਸੱਲੀ ਕਰ ਲਿਓ। ਬਾਕੀ ਪਿਛਲਾ ਰਿਕਾਰਡ ਪੁੱਛ ਲੈਂਦੇ ਹਾਂ, ਆਓ ਲੈਂਦੇ ਹਾਂ ਵਧੇਰੇ ਡਿਟੇਲ ਵੀਰ ਜੱਜ ਤੋਂ। ਸਭ ਤੋਂ ਪਹਿਲਾਂ ਵੀਰ ਜੱਜ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ। ਹੋਰ ਵੀਰੇ ਠੀਕ ਠਾਕ? ਹਾਂਜੀ ਵਧੀਆ ਸੰਧੂ ਸਾਹਿਬ, ਤੁਸੀਂ ਸੁਣਾਓ? ਬੜੇ ਵਧੀਆ ਵੀਰੇ। ਅੱਛਾ ਜੱਜ ਵੀਰੇ, ਪਸ਼ੂ ਵਪਾਰ ਦਾ ਕੰਮ ਆ, ਇਸੇ ਤਰ੍ਹਾਂ ਪਸ਼ੂ ਆਉਂਦੇ ਰਹਿੰਦੇ ਆ ਡੇਲੀ ਰੂਟੀਨ ਦੇ ਵਿੱਚ? ਹਾਂਜੀ ਭਾਜੀ, ਡੇਲੀ ਰੂਟੀਨ 'ਚ ਹੀ ਆਉਂਦੇ ਰਹਿੰਦੇ। ਅੱਛਾ, ਮੱਝਾਂ ਹੋਣ ਚਾਹੇ ਵਿਹੜਾ ਹੋਣ, ਆਉਂਦੇ ਰਹਿੰਦੇ ਪਸ਼ੂ? ਹਾਂਜੀ, ਜ਼ਿਆਦਾਤਰ ਨੀਲੀ ਦੀਆਂ ਆਪਾਂ ਲਿਆਉਂਦੇ ਹਾਂ ਭਾਜੀ। ਠੀਕ ਆ ਜੀ। ਹਾਂਜੀ, ਪਿੱਛੇ ਜੇ ਆਪਾਂ ਇੱਕ ਦੋ ਬਿਲਕੁਲ ਵੀਡੀਓ ਕੀਤੀਆਂ ਸੀਗੀਆਂ, ਕਾਫੀ ਵੱਡੀਆਂ ਮੱਝਾਂ ਸੀ। ਹਾਂਜੀ ਹਾਂਜੀ, ਯਾਨੀ ਕਿ ਭਾਜੀ ਆਪਾਂ ਮਹੀਨੇ 'ਚ ਦੋ ਵੀਡੀਓ ਪਾਈਏ, ਤਿੰਨ ਪਾਈਏ, ਪਾਈ ਦੀਆਂ ਨੀਲੀ ਦੀਆਂ ਹੀ ਆ, ਜਾਂ ਗਾਈਆਂ ਹੁੰਦੀਆਂ ਆਪਣੇ ਕੋਲ। ਠੀਕ ਹੈ ਜੀ। ਹਾਂਜੀ ਹਾਂਜੀ, ਕਿਉਂਕਿ ਬੜੇ ਵੀਰਾਂ ਦੇ ਫੋਨ ਆਉਂਦੇ ਆ ਕਿ ਨੀਲੀ ਦੀ ਸਾਨੂੰ ਚਾਹੀਦੀ ਆ, ਡਿਮਾਂਡ ਬੜੀ ਅੱਜ ਕੱਲ੍ਹ, ਤੁਹਾਨੂੰ ਪਤਾ ਵਾ। ਬਿਲਕੁਲ ਜੀ, ਬਿਲਕੁਲ ਬਿਲਕੁਲ। ਅਤੇ ਚਲੋ ਬਾਕੀ ਡਿਮਾਂਡ ਇਸੇ ਤਰ੍ਹਾਂ ਜਿਹੜੀ ਪੂਰੀ ਹੁੰਦੀ ਰਹਿਣੀ ਚਾਹੀਦੀ ਆ ਵੀਰਾਂ ਦੀ। ਅਤੇ ਅੱਜ ਵੀਰ ਜਿਹੜੀ ਇਹ ਆਪਣੇ ਕੋਲ ਝੋਟੀ ਆ, ਸੂਬਾ ਕਿਨਮਾ ਸੂਣ ਜਾ ਰਹੀ ਆ? ਇਹ ਸੰਧੂ ਸਾਹਿਬ ਦੂਜੇ ਸੂਏ ਸੂਣ ਵਾਲੀ ਆ। ਦੂਜਾ ਸੂਬਾ? ਹਾਂਜੀ ਠੀਕ ਆ ਜੀ। ਅਤੇ ਪਹਿਲੇ ਸੂਏ ਦਾ ਇਹਦਾ ਹੈਗਾ 10 ਕਿਲੋ ਦਾ ਰਿਕਾਰਡ। ਪਹਿਲੇ ਸੂਏ? ਹਾਂਜੀ, 10 ਤੋਂ 11 ਲੀਟਰ ਚਵਾਇਆ ਵਾ ਇਹਨੇ। ਠੀਕ ਆ ਜੀ। ਹਾਂਜੀ, ਐਰ ਕੇ ਦੂਜੇ ਸੂਏ ਸੂਣ ਵਾਲੀ ਆ, ਤੇ ਹਫ਼ਤੇ ਕੁ ਦੀ ਕੱਚੀ ਹੈ ਜੀ, ਹਫ਼ਤਾ ਕੁ ਜਾਣੀ ਕਿ ਕੱਢਦੀ ਆ। ਹਾਂਜੀ, ਲਓ ਜੀ, ਇੱਕ ਹਫ਼ਤਾ ਅਜੇ ਸਮਾਂ ਬਾਕੀ ਹੈ ਸੂਣ ਦੇ ਵਿੱਚ, ਠੀਕ ਆ। ਸੋ ਨੀਲੀ ਰਾਵੀ ਦੀ ਦੋਸਤੋ ਇਹ ਬਿਲਕੁਲ ਝੋਟੀ ਆ। ਸੋ ਉਹਨਾਂ ਵੀਰਾਂ ਲਈ ਖਾਸ ਤੌਰ 'ਤੇ ਆ ਜਿਹੜੇ ਵੀਰ ਕਾਫੀ ਜ਼ਿਆਦਾ ਫੋਨ ਕਰਦੇ ਰਹਿੰਦੇ ਆ, ਵਪਾਰੀ ਵੀਰਾਂ ਨੂੰ ਵੀ ਫੋਨ ਕਰਦੇ ਆ ਕਈ ਵਾਰ, ਜਿਹੜੇ ਦੋਸਤੋ ਮੇਰੇ ਨਾਲ ਵੀ ਗੱਲ ਹੁੰਦੀ ਆ ਵੀ ਮੱਝ ਚਾਹੀਦੀ ਆ ਨੀਲੀ ਰਾਵੀ ਦੇ ਵਿੱਚ। ਸੋ ਮੱਝ ਤੁਸੀਂ ਵੇਖ ਲਓ, ਬਿਲਕੁਲ ਕਰੈਕਟਰ ਵੇਖ ਲਓ, ਮਾਰਕਿੰਗ ਵੇਖ ਲਓ, ਚਾਰੇ ਖੁਰ ਚਾਰੇ ਪੈਰ ਜਿਹੜੇ ਆ ਦੋਸਤੋ ਧੋਤੇ ਆ, ਸਟੇਟ ਪਟਾ ਬਿਲਕੁਲ, ਬਿੱਲੀ ਅੱਖ ਆ, ਠੀਕ ਆ ਜੀ, ਬਿੱਲੀ ਅੱਖ ਆ। ਅਤੇ ਦਿਨ ਹਜੇ ਕੱਢਦੀ ਆ, ਬਾਕੀ ਤੁਹਾਨੂੰ ਇੱਕ ਵਾਰੀ ਬੈਕਗਰਾਊਂਡ ਤੋਂ ਪਿੱਛੋਂ ਤੋਂ ਵੀ ਆਪਾਂ ਬਿਲਕੁਲ ਤਸੱਲੀ ਨਾਲ ਦਿਖਾਉਂਦੇ ਹਾਂ, ਠੀਕ ਆ ਜੀ। ਆਹ ਦੇਖੋ, ਠੀਕ ਆ, ਰਾਜੀ ਆ, ਵਜਨ ਵਾਲੀ ਆ। ਬਾਕੀ ਹਾਈਟ ਕੋਈ ਵੀਰ ਮੀਡੀਅਮ ਤੁਸੀਂ ਅਕਾਊਂਟ ਕਰ ਲਿਓ, ਪਰ ਪੂਰੀ ਨਿੱਗਰ ਆ, ਠੀਕ ਆ ਜੀ। ਜਿੱਦਾਂ ਆਪਾਂ ਨੋਰਮਲ ਮੱਝਾਂ ਜਿਹੜੀਆਂ ਨੀਲੀ ਰਾਵੀ ਦੀਆਂ ਦੇਖਦੇ ਹਾਂ, ਇਸ ਕੱਦਕਾਠ ਇਸ ਹਾਈਟ ਦੇ ਵਿੱਚ ਮੋਸਟਲੀ ਆਪਾਂ ਦੇਖਦੇ ਹਾਂ, ਠੀਕ ਆ, ਉਸੇ ਕੱਦਕਾਠ ਦੇ ਵਿੱਚ ਆ। ਅਤੇ ਬਾਕੀ ਥਾਣ ਥੋਣੇ ਇੱਕ ਵਾਰੀ ਲੇਵਾ ਤੁਹਾਨੂੰ ਜ਼ਰੂਰ ਤਸੱਲੀ ਨਾਲ ਦਿਖਾਉਂਦੇ ਆ। ਦਿਨ ਵੀਰ ਦੱਸਦੇ ਆ, 7 ਕੁ ਲੈ ਜੂਗੇ ਜੀ? ਹਾਂਜੀ, ਹਫ਼ਤਾ ਕੁ ਲੈਂਦੀ ਆ ਸੰਧੂ ਸਾਹਿਬ। ਹਾਂਜੀ, ਬਾਕੀ ਥਾਣ ਚੱਡੇ ਦੀ ਬਹੁਤ ਸਾਫ਼ ਆ। ਲਓ ਜੀ, ਹਾਂਜੀ ਠੀਕ ਆ, ਚੰਗੇ ਵਿਰਲਾਂ ਦੇ ਥਾਣ ਆ, ਚੰਗੇ ਆਰਡਰ ਤਿਆਰ ਕਰਕੇ ਸੂਗੀ ਗਏ। ਬਿਲਕੁਲ, ਹਾਂਜੀ ਹਾਂਜੀ। ਸੋ ਆਰਡਰ ਜਿਹੜਾ ਦੋਸਤੋ ਸੋਹਣਾ ਤਿਆਰ ਕਰ ਲੂਗੀ, ਹਜੇ ਦਿਨ ਪਏ ਆ, ਬਾਕੀ ਜਿਵੇਂ ਜਿਵੇਂ ਦਿਨ ਪ੍ਰੋਪਰ ਆਪਾਂ ਗੱਲ ਕਰ ਲਈਏ ਵੀ ਜਿਵੇਂ ਜਿਵੇਂ ਦਿਨ ਨੇੜੇ ਆਉਂਦੇ ਜਾਣਗੇ ਬਿਲਕੁਲ ਤਿਆਰੀ ਦੇ। ਸੋ ਬੰਨਾ ਹਜੇ ਮੱਝ ਨੇ, ਪੂਰੀ ਝੋਟੀ ਜਿਹੜਾ ਦੋਸਤੋ ਬਣ ਕੇ ਤਿਆਰ ਹੋਣਾ, ਠੀਕ ਆ। ਆਹ ਦਿਖਾ ਦਿਓ, ਆਹ ਕਰੋ ਜੀ, ਠੀਕ ਆ।
ਠੀਕ ਆ। ਸੋ ਹਾਈਟ ਸੋਹਣੀ ਆ, ਮੀਡੀਅਮ ਹਾਈਟ ਆ, ਨਾ ਵਾਲੀ ਵੱਡੀ ਆ ਨਾ ਦਰਮਿਆਨੀ ਆ, ਵਿਛਲਾ ਸਾਈਜ਼ ਆ ਮੋਰ। ਜ਼ਿਆਦਾਤਰ ਆਪਾਂ ਪਸ਼ੂ ਜਿਹੜੇ ਆ ਇਹੋ ਜਿਹੀ ਹਾਈਟ ਵਿੱਚ ਦੋਸਤੋ ਦੇਖਦੇ ਹਾਂ, ਠੀਕ ਆ। ਅਤੇ ਨਿਸ਼ਾਨੀਆਂ ਨਿਸ਼ੂਨੀਆਂ ਪੂਰੀਆਂ ਕਰਦੀ ਆ, ਪੂਛ ਵੀ ਉੱਪਰ ਤੱਕ ਵਾਈਟ ਆ, ਅਤੇ ਬਾਕੀ ਤਪਾਈ ਤਪੂਈ ਟਿੱਪਣ ਵਧੀਆ, ਇੱਕ ਨੰਬਰ ਸੀ। ਹਾਂਜੀ ਹਾਂਜੀ ਸੰਧੂ ਸਾਹਿਬ, ਉਹ ਇੱਕ ਨੰਬਰ ਓਕੇ ਆ ਜੀ। ਪਹਿਲਾਂ ਸੁਬਹ ਕਿੰਨਾ ਕੁ ਦੁੱਧ ਦੱਸਿਆ ਪਿੱਛੋਂ? 10 ਤੋਂ 11 ਲੀਟਰ ਭਾਅ ਜੀ ਦੱਸਿਆ ਉਹਨਾਂ ਨੇ। 10-11 ਲੀਟਰ ਪਾਇਆ ਦੁੱਧ ਪਹਿਲਾਂ? ਹਾਂਜੀ ਹਾਂਜੀ। ਅਤੇ ਐਰਕੀ ਪਲਾਸੀ ਜਾਊਗੀ ਭਾਅ ਜੀ ਦੂਜੇ ਸੂਏ ਦੇ। ਠੀਕ ਆ, ਅਤੇ ਖੋਲ ਕੇ ਵੀਰ ਜੱਜ ਤੋਰਤਗੇ। ਹਾਂਜੀ ਦਿਖਾਉਂਦੇ ਭਾਅ ਜੀ। ਸੋ ਦੋਸਤੋ ਬਿਲਕੁਲ ਦੇਣ ਤੁਸੀਂ ਸੱਤ ਕੀ ਮੰਨ ਲਿਓ, ਕਿਉਂਕਿ ਵਪਾਰ ਦੀ ਲਾਈਨ ਆ ਅਤੇ ਪਸ਼ੂ ਅੱਗੋਂ ਖਰੀਦਿਆ, ਕੋਈ ਹੋ ਸਕਦਾ ਵੀ ਰਾਜ਼ੀ ਆ, ਜਿੰਨੀ ਵੀ ਝੋਟੀ ਆ ਰਾਜ਼ੀ ਆ, ਕੋਈ 2 ਦਿਨ ਦੇ ਡੰਗ ਉੱਪਰ ਵੀ ਕੱਢ ਸਕਦੀ ਆ, ਅਤੇ ਬਾਕੀ ਕੋਈ 2 ਦਿਨ ਵੱਧ ਵੀ ਲੈ ਜਾਏ ਪਸ਼ੂ ਲਈ, ਆਪਾਂ ਹੋਰ ਉਮੀਦ ਕਰਦੇ ਹਾਂ ਵੀ ਚੰਗੇ ਲਈ ਆ, ਠੀਕ ਆ ਜੀ। ਪਸ਼ੂ ਹੋਰ ਵੀ ਤਿਆਰੀ ਕਰ ਲੈਂਦਾ, ਕੋਈ 2 ਦਿਨ ਉੱਪਰ ਵੀ ਟੱਪ ਜਾਏ ਕੋਈ 7 ਦਿਨ ਤੋਂ। ਬਾਕੀ ਅਡਰ ਉਡਰ ਸੋਹਣਾ, ਬਿਲਕੁਲ ਚੌਰਸ ਲੇਵਾ, ਅਤੇ ਆਹ ਦੇਖੋ ਜੀ ਸ਼ਾਨਦਾਰ ਕੁਆਲਿਟੀ ਆ, ਠੀਕ ਆ ਜੀ। ਸੋ ਵਾਟਰ ਕੁਆਲਿਟੀ ਕਾਫੀ ਬੈਸਟ ਆ, ਸੋ ਕਾਫੀ ਮਾਇਨੇ ਰੱਖਦਾ ਪਸ਼ੂ ਦਾ। ਜੇਕਰ ਦੋਸਤੋ ਹਵਾਨਾ ਲੇਵਾ ਅਤੇ ਵਿਰਨਾ ਵੁਰਨਾ ਚੰਗੀਆਂ ਹੋਣ, ਅਤੇ ਆਹ ਰੋਕ ਲਿਓ ਜੀ। ਆਹ ਦੇਖੋ, ਆਹ ਥੋੜ੍ਹਾ ਜੱਜ ਤੋਰੋ ਅੱਗੇ, ਆਉਣ ਜੱਜ ਤੋਰਦੇ। ਹਾਂਜੀ ਠੀਕ ਹੈ ਜੀ। ਸੋ ਬਿਊਟੀ ਦੇ ਵਿੱਚ ਦੇਖੀਏ ਤਾਂ ਬਿਊਟੀ ਦੇ ਵਿੱਚ ਵੀ ਕਾਫੀ ਆ, ਬਾਕੀ ਇੱਕ ਵਾਰੀ ਥੋੜ੍ਹਾ ਕਲੋਜ਼ ਨੇੜੇ ਦਾ ਤੁਹਾਨੂੰ ਇੱਕ ਵਾਰੀ ਸਿੰਗਾਂ ਦੀ ਬਣਤਰ ਜ਼ਰੂਰ ਦਿਖਾਉਂਦੇ ਹਾਂ, ਠੀਕ ਆ ਜੀ। ਬਿਲਕੁਲ ਰਾਊਂਡ ਸ਼ੇਪ ਦੇ ਵਿੱਚ, ਗੁਲਾਈ ਦੇ ਵਿੱਚ ਆ, ਅਤੇ ਸਟੇਟ ਪਟਾ, ਠੀਕ ਆ। ਸੋ ਬਿੱਲੀਆਂ ਅੱਖਾਂ ਨੇ, ਮਾਰਕਿੰਗ ਜਿਹੜੀ ਆ ਬਿਲਕੁਲ ਦੋਸਤੋ ਜਵਾਬ ਅੱਖਾਂ ਦੇ ਵਿੱਚ ਪੂਰਾ ਤੁਸੀਂ ਦੇਖ ਰਹੇ ਜੇ, ਬਿਲਕੁਲ ਬਿੱਲੀਆਂ ਅੱਖਾਂ। ਆਹ ਦੇਖੋ, ਆਹ ਲਓ ਜੀ, ਠੀਕ ਆ। ਸੋ ਪਹਿਲਾਂ ਸੂਬੇ ਦੋਸਤੋ, ਜਿਵੇਂ ਅੱਗੋਂ ਘਰੋਂ ਪੁੱਛਿਆ ਵੀ 10-11 ਲੀਟਰ ਦੁੱਧ ਚਵਾਈ ਜਿਹੜੀ ਇਸ ਨੇ ਕਰਾਈ ਆ। ਸੋ ਬਾਕੀ ਹੁਣ ਜਿਹੜੇ ਹਿਸਾਬ ਦੀ, ਚਲੋ ਪਲੀ ਪੁਲੀ ਚੰਗੀ ਆ, ਸੰਭੀ ਸੁੰਭੀ ਚੰਗੀ ਆ, ਅਤੇ ਉਮੀਦ ਜਿਹੜੀ ਆ ਦੋਸਤੋ, ਚਲੋ ਬਾਕੀ ਅੱਗੇ ਪਾਏ ਦਾ ਦੁੱਧ, ਪਾਏ ਦੀ ਸੇਵਾ ਦਾ ਦੁੱਧ ਹੁੰਦਾ ਜਿਹੜਾ, ਬਾਕੀ ਫਿਰ ਵੀ ਚੰਗੀ ਉਮੀਦ ਆਪਾਂ ਕਰ ਸਕਦੇ ਹਾਂ ਵੀ ਇਸ ਝੋਟੀ ਤੋਂ। ਹਾਂ ਤੋਰ ਦਿਓ ਜੱਜ, ਲੈ ਜੀ ਅੰਦਰ। ਸੋ ਬਾਕੀ ਥਣ ਭਾਂਡਾ ਦੋਸਤੋ ਕਾਫੀ ਸੋਹਣਾ, ਠੀਕ ਆ ਜੀ। ਵਿਰਲ ਦੀ ਥਾਂ ਵਿਰਲ ਪੂਰੀ ਮਿਲ ਜੂਗੀ, ਅਤੇ ਥਣ ਵੀ ਬਿਲਕੁਲ ਪਤਲੇ ਨੇ, ਪੂਨੀਆਂ ਵਰਗੇ ਥਣ ਨੇ, ਠੀਕ ਆ ਜੀ। ਅਤੇ ਚਵਾਈ ਚੁਬੀ ਜਿਹੜੀ ਆ, ਮੈਨੂੰ ਲੱਗਦਾ ਵੀ ਪੋਲੀ ਕੁ ਹੋਊਗੀ, ਆਪਾਂ ਉਮੀਦ ਕਰਦੇ ਹਾਂ ਵੀ ਇਹੋ ਜਿਹੇ ਪਸ਼ੂ ਦੇ ਥੱਲਿਓਂ ਚਵਾਈ ਜਿਹੜੀ ਆ ਪੋਲੀ ਹੋਊਗੀ। ਸੋ ਬਾਕੀ ਦੋਸਤੋ ਅੱਗੇ ਅਣਜਲ ਲੈਣੇ ਦੇ ਨੇ ਮੁਕੱਦਰ, ਆਪਾਂ ਹਰ ਵਾਰ ਕਹਿ ਦਿੰਦੇ ਹਾਂ। ਅੱਛਾ ਜੱਜ ਵੀਰੇ, ਕਿੰਨਾ ਮੁੱਲ ਰੱਖਿਆ, ਕੀ ਲੈਣ ਦੇਣ ਫਿਰ ਕੀ ਕੀਤਾ ਇਹਦਾ? ਸੰਧੂ ਸਾਹਿਬ, ਇਹੋ ਜਿਹਾ ਮੇਲੇ ਤਾਂ ਭਾਵੇਂ ਲੱਖ ਲੱਖ ਦੀਆਂ ਵਿਕਦੀਆਂ। ਹਾਂਜੀ ਹਾਂਜੀ ਹਾਂਜੀ, ਪਰ ਆਪਾਂ ਬਿਲਕੁਲ ਜਾਇਜ਼, ਯਾਨੀ ਕਿ ਮੁੱਲ ਨਹੀਂ ਆਪਾਂ ਇਹਦਾ ਕੋਈ ਕਹਿੰਦਾ ਦੇਣ ਲੈਣ ਵਾਲੀ ਗੱਲ, 85,000 ਦੀ ਦੇ ਦਾਂਗੇ ਭਾਅ ਜੀ ਲਾਸਟ। 85 ਦੀ? ਹਾਂਜੀ ਹਾਂਜੀ, ਠੀਕ ਹੈ ਜੀ। ਲਓ ਜੀ 85,000 ਦੀ ਵੀਰ ਕਹਿੰਦਾ ਵੀ ਆਪਾਂ ਲਾਸਟ ਦੇ ਦਿਆਂਗੇ, ਠੀਕ ਆ। ਅਤੇ 85 ਦੇ ਵਿੱਚੋਂ ਜੱਜ ਮਾਨਤਾ ਵੀ ਕਰ ਦਿਓ ਯਾਰ। ਹਾਂਜੀ ਸੰਧੂ ਸਾਹਿਬ, ਜਿੱਦਾਂ ਤੁਸੀਂ ਕਹੋ ਕਰ ਦਿਓ, ਜਿੰਨਾ ਵੀ ਕੋਈ ਭੈਣ ਭਰਾ ਨੂੰ ਇੱਛਾ ਹੋਈ ਵੀ ਇੱਥੋਂ ਤੱਕ ਚਲੋ ਮਾਨਤਾ ਕਰਾਉਣਾ ਤਾਂ ਮੋੜਿਓ ਨਾ ਵੀ ਕਰ ਦਿਓ। ਠੀਕ ਆ ਸੰਧੂ ਸਾਹਿਬ, ਜਿੱਦਾਂ ਤੁਸੀਂ ਕਹੋ ਕਰ ਦਿਆਂਗੇ ਜੀ, ਠੀਕ ਆ। ਸੋ ਮੱਝ ਜਿਹੜੀ ਆ ਦੋਸਤੋ, ਤੁਹਾਨੂੰ ਪ੍ਰੋਪਰ ਜਿਹੜੀ ਆ ਝੋਟੀ ਜਿੰਨੀ ਵੀ ਆਪਾਂ ਪ੍ਰੋਪਰ ਤੁਹਾਨੂੰ ਦਿਖਾਤੀ ਆ, ਠੀਕ ਆ। ਸੋ ਅਡਰ ਉਡਰ ਕੁਆਲਿਟੀ ਕਾਫੀ ਸੋਹਣੀ ਆ, ਬਿਊਟੀ ਦੇ ਵਿੱਚ ਵੀ ਪੂਰੀ ਸ਼ਾਨਦਾਰ ਲਾਜਵਾਬ ਆ, ਠੀਕ ਆ।
ਸੋ ਸੱਜੀ ਖੱਬੀ ਬਹਿਣੀ ਵਾਲੇ ਪਾਸੇ ਉਹ ਥਣ ਵੀ ਪ੍ਰੋਪਰ ਤੁਹਾਨੂੰ ਤਸੱਲੀ ਨਾਲ ਦਿਖਾਤਾ। ਸੋ ਚਾਹ ਵਾਲ ਵੀਰ ਤੁਸੀਂ ਜ਼ਰੂਰ ਹੱਥ ਪਾ ਸਕਦੇ ਜੀ, ਠੀਕ ਆ ਜੀ। ਅਤੇ ਜਦ ਥੋੜ੍ਹਾ ਜਿਹਾ ਫੁਲਕਾਰੀ ਨੂੰ ਅੱਗੇ ਨੂੰ ਕਰ ਦਿਓ ਜੀ ਮਾੜਾ ਜਿਹਾ, ਲਾ ਹੀ ਦਿੰਦੇ ਆਪਾਂ। ਹਾਂ ਜੀ, ਆਹ ਦਿਖਾ ਦਿਓ, ਆਹ ਦੇਖੋ, ਠੀਕ ਆ ਜੀ, ਉੱਧਰੋਂ ਦੱਸ ਦਿਖਾ ਦਿਓ। ਬਾਕੀ ਪੂਰੀ ਤਸੱਲੀ ਨਾਲ ਇੱਕ ਵਾਰੀ ਵੀਡੀਓ ਜ਼ਰੂਰ ਦੇਖ ਲਿਓ ਦੋਸਤੋ, ਠੀਕ ਆ ਜੀ। ਸੋ ਕਾਹਲੀ ਕਈ ਵੀਰ ਕਰ ਲੈਂਦੇ ਆ, ਥੋੜ੍ਹਾ ਜਿਹਾ ਵੇਖ ਕੇ ਬਾਅਦ ਵਿੱਚ ਤੁਸੀਂ ਫਿਰ ਡਿਟੇਲ ਜਿਹੜੀ ਸਾਂਝੀ ਕੀਤੀ ਹੁੰਦੀ ਆ ਉਹ ਫਿਰ ਡਿਟੇਲ ਲੈਣ ਦੀ ਕੋਸ਼ਿਸ਼ ਕਰਦੇ ਵਾਰ ਵਾਰ। ਇੱਕ ਵਾਰੀ ਪੂਰੀ ਤਸੱਲੀ ਨਾਲ ਵੀਡੀਓ ਦੇਖ ਲਿਓ, ਉਹਦੇ ਵਿੱਚ ਦੋਸਤੋ ਪੂਰੀ ਡਿਟੇਲ ਜਿਹੜੀ ਆ ਤੁਹਾਨੂੰ ਰਿਗਾਰਡਿੰਗ ਇਸ ਮੱਝ ਦੇ ਇਸ ਝੋਟੀ ਦੇ ਤੁਹਾਨੂੰ ਪੂਰੀ ਡਿਟੇਲ ਮਿਲ ਜੂਗੀ, ਠੀਕ ਆ। ਸੋ ਪਿੱਠ ਪੂੜਾ ਵੀ ਇੱਕ ਵਾਰੀ ਤਸੱਲੀ ਨਾਲ ਦੇਖ ਲਓ, ਆਹ ਕਰੋ ਜੀ ਚੈੱਕ, ਪੂਰੀ ਸੰਭੀ ਹੋਈ ਆ ਸੰਧੂ ਸਾਹਿਬ, ਪੂਰੀ ਪਲੀ ਪੁਲੀ ਆ ਗਈ, ਪੂਰੀ ਗੋਲ ਕਿਸੇ ਪਾਸੋਂ ਲੱਸੀ ਨਹੀਂ, ਚੌੜੇ ਪਿੱਠ ਪੂੜੇ ਦੀ ਆ ਅਤੇ ਬਾਕੀ ਆ ਬਿਲਕੁਲ ਤੁਹਾਡੇ ਸਾਹਮਣੇ ਆ ਜੀ, ਠੀਕ ਹੈ ਜੀ। ਲੈ ਵੀ ਜੱਜ ਵੀਰ ਇੱਕ ਸੰਪਰਕ ਨੰਬਰ ਆਪਣੇ ਜ਼ਰੂਰ ਬੋਲਦੇ। ਹਾਂਜੀ ਸੰਧੂ ਸਾਹਿਬ, ਨੰਬਰ ਹੈਗਾ ਆਪਣਾ 8973 ਹਾਂਜੀ 72 76, ਪਿੰਡ ਮੋਹਨਪੁਰਾ ਅਤੇ ਜ਼ਿਲ੍ਹਾ ਤਰਨ ਤਾਰਨ, ਠੀਕ ਆ ਜੀ। ਹਾਂਜੀ, ਸੋ ਦੋਸਤੋ ਇਹ ਨੰਬਰ ਜਿਹੜੇ ਆ ਵੀਰ ਜੱਜ ਦੇ ਆਪਾਂ ਬਿਲਕੁਲ ਸਕਰੀਨ ਦੇ ਉੱਪਰ ਚੱਲਦੇ ਕਰ ਦਿਆਂਗੇ, ਨੰਬਰਾਂ 'ਤੇ ਤੁਸੀਂ ਕਾਲ ਕਰ ਸਕਦੇ ਜੀ। ਸੋ ਇਹ ਝੋਟੀ ਖਰੀਦ ਸਕਦੇ ਜੀ, ਚੰਗੀ ਝੋਟੀ ਆ, ਜ਼ਰੂਰ ਤੁਸੀਂ ਹੱਥ ਪਾ ਲਿਓ, ਠੀਕ ਆ। ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ, ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।